ਜਦੋਂ ਦੀ ਉਹ ਆਡੀਓ ਤੁਹਾਡੀ ਵਾਇਰਲ ਹੋਈ ਆ, ਉਹ ਤਾਂ ਕਹਿੰਦੇ ਕਿ ਬਿਲਕੁਲ ਹਾਸ਼ੀਏ 'ਤੇ ਲਿਆਉਂਦਾ ਬਿੱਟੂ ਨੂੰ ਇਸ ਆਡੀਓ ਨੂੰ ਆਡੀਓ ਨੇ ਬਯਨ ਸਾਹਿਬ ਨੇ ਬੜਾ ਵੱਡਾ, ਮੈਂ ਸਮਝਦਾ BJP ਅਤੇ ਮੇਰਾ ਜਿਹੜਾ ਬਹੁਤ ਵੱਡਾ ਫਾਇਦਾ ਕੀਤਾ ਹੈ। ਉਹ ਕਹਿੰਦੇ ਆਡੀਓ ਹੋਰ ਵੀ ਹੈਗੀਆਂ ਨੇ ਬਹੁਤ, ਉਦਣੀ ਹੋਰ ਫਾਇਦਾ ਹੋ ਕਰੀ ਜਾਣ ਜਿੰਨੀਆਂ। ਅੱਜ ਕੱਲ੍ਹ ਤਾਂ ਇੰਟੈਲੀਜੈਂਸ ਦਾ AI ਦਾ ਜ਼ਮਾਨਾ ਹੈ। ਤੁਸੀਂ ਬੈਂਸ ਭਰਾਵਾਂ ਦੀ ਗੱਲ ਕੀਤੀ ਆ, ਔਰ ਜਦੋਂ ਦੀ ਉਹ ਆਡੀਓ ਤੁਹਾਡੀ ਵਾਇਰਲ ਹੋਈ ਆ, ਉਹ ਤਾਂ ਕਹਿੰਦੇ ਕਿ ਬਿਲਕੁਲ ਹਾਸ਼ੀਏ 'ਤੇ ਲਿਆਉਂਦਾ ਬਿੱਟੂ ਨੂੰ ਇਸ ਆਡੀਓ ਨੂੰ ਆਡੀਓ ਨੇ ਇੱਕ ਬੜਾ, ਦੇਖੋ ਆਡੀਓ ਵਾਇਰਲ ਨਾਲ ਬੜਾ ਵੱਡਾ ਫਾਇਦਾ ਹੋਇਆ। ਫਾਇਦਾ ਕਿਉਂ ਹੋਇਆ? ਕਿਉਂਕਿ ਜਿਹੜਾ ਕੈਂਡੀਡੇਟ ਆ ਉਹਦਾ ਤਾਂ ਕਿਤੇ ਨਾਂ ਹੀ ਨਹੀਂ ਰਿਹਾ ਕਾਂਗਰਸ ਦੇ, ਰਾਜਾ ਬੜਿੰਗ ਦਾ। ਉੱਦਣ ਦਾ ਬੈਂਸ, ਕਿਉਂਕਿ ਅਸੀਂ ਉਹ ਇਲੈਕਸ਼ਨਾਂ ਲੜਦੇ ਰਹੇ ਹਾਂ ਬੈਂਸ ਨਾਲ, ਦੋ ਵਾਰ ਬੈਂਸ ਸਾਹਿਬ ਨਾਲ ਇਲੈਕਸ਼ਨ ਲੜੀ, ਦੋਨੋਂ ਵਾਰ ਬੈਂਸ ਸਾਹਿਬ ਨੂੰ ਮੁੱਦਾ ਮਾਰਿਆ ਇਹ ਲੋਕਾਂ ਨੇ, ਲੁਧਿਆਣੇ ਦੀਆਂ ਨੇ। ਅਤੇ ਇਸ ਕਰਕੇ ਕਿਹੜੇ ਭੁਲੇਖੇ 'ਚ ਨੇ ਇਹ ਜੁਆਇਨ ਕਰਾ ਕੇ? ਪਰ ਗੱਲ ਇਹ ਆ ਵੀ ਉੱਦਣ ਦਾ ਤੁਹਾਡੇ ਮੀਡੀਆ ਦੇ ਚੈਨਲਾਂ 'ਤੇ ਸਾਰੀ ਜਗ੍ਹਾ ਰਾਜਾ ਬੜਿੰਗ ਸਾਹਿਬ ਤਾਂ ਸਾਫ਼ ਹੋ ਗਏ, ਗੱਲ ਉਹਨਾਂ ਦੀ ਚੱਲਣੀ ਚਾਹੀਦੀ ਸੀ, ਗੱਲ ਚੱਲ ਪਈ ਬੈਂਸ ਸਾਹਿਬ ਦੀ, ਅਤੇ ਹੋਰ ਮੈਨੂੰ ਕੀ ਚਾਹੀਦਾ ਸੀ? ਇਹ ਤਾਂ ਆਡੀਓ ਨੇ ਨੁਕਸਾਨ ਨਹੀਂ ਕੀਤਾ, ਉਸ ਵਾਇਰਲ ਆਡੀਓ, ਇਹ ਤਾਂ ਬਯਨ ਸਾਹਿਬ ਨੇ ਬੜਾ ਵੱਡਾ, ਮੈਂ ਸਮਝਦਾ BJP ਅਤੇ ਮੇਰਾ ਜਿਹੜਾ ਬਹੁਤ ਵੱਡਾ ਫਾਇਦਾ ਕੀਤਾ ਹੈ। ਉਹ ਕਹਿੰਦੇ ਆਡੀਓ ਹੋਰ ਵੀ ਹੈਗੀਆਂ ਨੇ ਬਹੁਤ, ਉਦਣੀ ਹੋਰ ਫਾਇਦਾ ਹੋ ਕਰੀ ਜਾਣ ਜਿੰਨੀਆਂ। ਅੱਜ ਕੱਲ੍ਹ ਤਾਂ ਇੰਟੈਲੀਜੈਂਸ ਦਾ AI ਦਾ ਜ਼ਮਾਨਾ ਹੈ, ਅੱਜ ਕੱਲ੍ਹ ਤਾਂ ਇਹ ਤਾਂ ਆਵਾਜ਼ ਆ, ਤੁਸੀਂ ਮੂਹਰੇ ਬੰਦਾ ਖੜਾ ਕਰ ਲਓ, ਉਹ ਤੋਂ ਬੁਲਵਾਈ ਜਾਓ ਜੋ ਮਰਜ਼ੀ, ਆਵਾਜ਼ ਆ ਮੇਰੀ। ਤੁਹਾਨੂੰ ਲੱਗਦਾ ਕਿ ਡਾਕਟਰ ਕੀਤੀ ਹੋਈ ਹੈ ਤੁਹਾਡੀ ਆਵਾਜ਼ ਨਹੀਂ? ਉਹ ਨਹੀਂ, ਇਹ ਤੁਸੀਂ ਆਪ ਸੋਚ ਲਵੋ ਵੀ ਇਹ ਜਿਹੜੀਆਂ ਵੀਡੀਓਆਂ ਹੈ ਜਾਂ ਕੀ ਆ ਇਹ ਜਿਹੜੀ ਆਹ ਵੋਇਸ ਮੈਸੇਜ ਆ, ਇਹ ਤਾਂ ਕਿਸੇ ਨੇ ਬਣਾ ਲਓ ਅੱਜ ਕੱਲ੍ਹ। ਅੱਜ ਕੱਲ੍ਹ ਤਾਂ ਇਹ ਗੱਲ ਕੋਈ ਰਹੀ ਹੋ ਨਹੀਂ ਗੀ। ਵੈਸੇ ਇੱਕ ਗੱਲ ਹੋਰ ਸੁਣੋ, ਇਹ ਗੱਲ ਨਾ ਅੱਜ ਕੱਲ੍ਹ ਕਿਵੇਂ ਆ, ਇਹ ਜਿਵੇਂ ਆਪਾਂ ਇੱਕ ਦਿਨ ਪਿਕਚਰ ਨਹੀਂ ਦੇਖਣ ਜਾਂਦੇ ਕੋਈ, ਜਾਂ ਆਪਾਂ ਕੋਈ ਸ਼ੋਅ ਦੇਖਣ ਜਾਂਦੇ ਹਾਂ, ਉਵੇਂ ਲੋਕ ਲੈਂਦੇ ਆ ਇਹ ਇੱਕ ਦਿਨ ਦਾ ਵੀ ਅੱਜ ਯਾਰ ਚਲੋ ਮਨ ਪਰਚਾਵਾ ਇਹਦੇ ਨਾਲ ਹੀ ਸੀ ਵੀ ਇਹਨਾਂ ਨੇ ਤਾਂ ਇੱਕ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਹੈ ਪੋਲੀਟੀਕਲ ਬੰਦੇ ਨੂੰ, ਅੱਜ ਆਹ ਆ ਗਈ ਇੱਕ ਦਿਨ ਉਹਦੇ ਨਾਲ ਲੰਘ ਜਾਣਾ, ਦੂਜੇ ਦਿਨ ਹੋਰ ਆ ਗਈ। ਇਹ ਤਾਂ ਇੱਕ ਸਿਰਫ ਇਹ ਆ ਵੀ ਪਿਕਚਰ ਦਾ ਸ਼ੋਅ ਆ ਇੱਕ, ਉਹ ਚੱਲਦਾ ਹੈ ਅਤੇ ਉਹ ਕੈਰੀ ਔਨ ਉਹ ਚੱਲ ਕੇ ਅੱਗੇ ਚਲੇ ਜਾਂਦਾ। ਇਦੋਂ ਵੱਧ ਇਹਨਾਂ ਦੀ ਕੋਈ ਵੀ ਯਾਰ ਲੋਕਾਂ ਨੂੰ ਟੈਲੀਫੋਨ ਦੇ ਮਤਲਬ, ਜੇ ਮੈਂ ਕੋਈ ਗੱਲ ਵੀ ਕਰਦਾ ਉਹਨਾਂ ਨੇ ਕੀ ਲੈਣਾ ਦੇਣਾ ਹੈ? ਕੋਈ ਮਤਲਬ ਉਹਨਾਂ ਨੂੰ? ਉਹਨਾਂ ਦੱਸੋ ਵੀ ਅਸੀਂ ਡਿਵੈਲਪਮੈਂਟ ਕੀ ਕਰਨੀ ਹੈ, ਲੋਕਾਂ ਨੂੰ ਅਸੀਂ ਦੇ ਕੀ ਸਕਦੇ ਹਾਂ? ਅੱਗੇ ਸਰਕਾਰ ਮੋਦੀ ਜੀ ਦੀ ਬਣਨੀ ਆ, ਅਸੀਂ ਇੰਡਸਟਰੀਅਲ ਟੈਕਸਟਾਈਲ ਪਾਰਕ ਲਿਆਉਣਾ, ਅਸੀਂ ਏਮਸ ਲਿਆਉਣਾ, ਅਸੀਂ ਉਰੇ ਇਲੈਕਟ੍ਰਿਕ ਬੱਸਾਂ ਲਿਆਉਣੀਆਂ, ਅਸੀਂ ਉਰੇ ਮੈਟਰੋ ਲਿਆਉਣੀ ਆ, ਸੋਚ ਤਾਂ ਇਹ ਹੋਣੀ ਚਾਹੀਦੀ ਆ। ਇਹਦੇ ਨਾਲ ਕੀ ਹੋ, ਵੀਡੀਓ ਲੀਕ ਕਰਕੇ ਕਿਸੇ ਦੀ ਜਾਂ ਨਾ ਕਰਕੇ ਇਹ ਲੋਕਾਂ ਨਾਲ ਕੀ ਸੰਬੰਧ ਆ? ਤੁਸੀਂ ਬੈਂਸ ਭਰਾਵਾਂ ਦੀ ਗੱਲ ਕੀਤੀ ਆ, ਔਰ ਜਦੋਂ ਦੀ ਉਹ ਆਡੀਓ ਤੁਹਾਡੀ ਵਾਇਰਲ ਹੋਈ ਆ, ਉਹ ਤਾਂ ਕਹਿੰਦੇ ਕਿ ਬਿਲਕੁਲ ਹਾਸ਼ੀਏ 'ਤੇ ਲਿਆਉਂਦਾ ਬਿੱਟੂ ਨੂੰ ਇਸ ਆਡੀਓ ਨੂੰ ਆਡੀਓ ਨੇ ਇੱਕ ਬੜਾ, ਦੇਖੋ ਆਡੀਓ ਵਾਇਰਲ ਨਾਲ ਬੜਾ ਵੱਡਾ ਫਾਇਦਾ ਹੋਇਆ। ਫਾਇਦਾ ਕਿਉਂ ਹੋਇਆ? ਕਿਉਂਕਿ ਜਿਹੜਾ ਕੈਂਡੀਡੇਟ ਆ ਉਹਦਾ ਤਾਂ ਕਿਤੇ ਨਾਂ ਹੀ ਨਹੀਂ ਰਿਹਾ ਕਾਂਗਰਸ ਦੇ, ਰਾਜਾ ਬੜਿੰਗ ਦਾ। ਉੱਦਣ ਦਾ ਬੈਂਸ, ਕਿਉਂਕਿ ਅਸੀਂ ਉਹ ਇਲੈਕਸ਼ਨਾਂ ਲੜਦੇ ਰਹੇ ਹਾਂ ਬੈਂਸ ਨਾਲ, ਦੋ ਵਾਰ ਬੈਂਸ ਸਾਹਿਬ ਨਾਲ ਇਲੈਕਸ਼ਨ ਲੜੀ, ਦੋਨੋਂ ਵਾਰ ਬੈਂਸ ਸਾਹਿਬ ਨੂੰ ਮੁੱਦਾ ਮਾਰਿਆ ਇਹ ਲੋਕਾਂ ਨੇ, ਲੁਧਿਆਣੇ ਦੀਆਂ ਨੇ। ਅਤੇ ਇਸ ਕਰਕੇ ਕਿਹੜੇ ਭੁਲੇਖੇ 'ਚ ਨੇ ਇਹ ਜੁਆਇਨ ਕਰਾ ਕੇ? ਪਰ ਗੱਲ ਇਹ ਆ ਵੀ ਉੱਦਣ ਦਾ ਤੁਹਾਡੇ ਮੀਡੀਆ ਦੇ ਚੈਨਲਾਂ 'ਤੇ ਸਾਰੀ ਜਗ੍ਹਾ ਰਾਜਾ ਬੜਿੰਗ ਸਾਹਿਬ ਤਾਂ ਸਾਫ਼ ਹੋ ਗਏ, ਗੱਲ ਉਹਨਾਂ ਦੀ ਚੱਲਣੀ ਚਾਹੀਦੀ ਸੀ, ਗੱਲ ਚੱਲ ਪਈ ਬੈਂਸ ਸਾਹਿਬ ਦੀ, ਅਤੇ ਹੋਰ ਮੈਨੂੰ ਕੀ ਚਾਹੀਦਾ ਸੀ? ਇਹ ਤਾਂ ਆਡੀਓ ਨੇ ਨੁਕਸਾਨ ਨਹੀਂ ਕੀਤਾ, ਉਸ ਵਾਇਰਲ ਆਡੀਓ, ਇਹ ਤਾਂ ਬਯਨ ਸਾਹਿਬ ਨੇ ਬੜਾ ਵੱਡਾ, ਮੈਂ ਸਮਝਦਾ BJP ਅਤੇ ਮੇਰਾ ਜਿਹੜਾ ਬਹੁਤ ਵੱਡਾ ਫਾਇਦਾ ਕੀਤਾ ਹੈ। ਉਹ ਕਹਿੰਦੇ ਆਡੀਓ ਹੋਰ ਵੀ ਹੈਗੀਆਂ ਨੇ ਬਹੁਤ, ਉਦਣੀ ਹੋਰ ਫਾਇਦਾ ਹੋ ਕਰੀ ਜਾਣ ਜਿੰਨੀਆਂ। ਅੱਜ ਕੱਲ੍ਹ ਤਾਂ ਇੰਟੈਲੀਜੈਂਸ
ਦਾ AI ਦਾ ਜ਼ਮਾਨਾ ਹੈ ਅੱਜ ਕੱਲ੍ਹ ਤਾਂ ਇਹ ਤਾਂ ਆਵਾਜ਼ ਆ ਤੁਸੀਂ ਮੂਹਰੇ ਬੰਦਾ ਖੜਾ ਕਰ ਲਓ ਉਹ ਤੋਂ ਬੁਲਵਾਈ ਜਾਓ ਜੋ ਮਰਜ਼ੀ ਆਵਾਜ਼ ਆ ਮੇਰੀ ਤੁਹਾਨੂੰ ਲੱਗਦਾ ਕਿ ਡਾਕਟਰ ਕੀਤੀ ਹੋਈ ਹੈ ਤੁਹਾਡੀ ਆਵਾਜ਼ ਨਹੀਂ ਉਹ ਨਹੀਂ ਇਹ ਤੁਸੀਂ ਆਪ ਸੋਚ ਲਵੋ ਵੀ ਇਹ ਜਿਹੜੀਆਂ ਵੀਡੀਓਆਂ ਹੈ ਜਾਂ ਕੀ ਆ ਇਹ ਜਿਹੜੀ ਆਹ ਵੋਇਸ ਮੈਸੇਜ ਆ ਇਹ ਤਾਂ ਕਿਸੇ ਨੇ ਬਣਾ ਲਓ ਅੱਜ ਕੱਲ੍ਹ ਤਾਂ ਇਹ ਗੱਲ ਕੋਈ ਰਹੀ ਓ ਨਹੀਂ ਗੀ ਵੈਸੇ ਇੱਕ ਗੱਲ ਹੋਰ ਸੁਣੋ ਇਹ ਗੱਲ ਨਾ ਅੱਜ ਕੱਲ੍ਹ ਕਿਵੇਂ ਆ ਇਹ ਜਿਵੇਂ ਆਪਾਂ ਇੱਕ ਦਿਨ ਪਿਕਚਰ ਨਹੀਂ ਦੇਖਣ ਜਾਂਦੇ ਕੋਈ ਜਾਂ ਆਪਾਂ ਕੋਈ ਸ਼ੋਅ ਦੇਖਣ ਜਾਂਦੇ ਹਾਂ ਉਵੇਂ ਲੋਕ ਲੈਂਦੇ ਆ ਇਹ ਇੱਕ ਦਿਨ ਦਾ ਵੀ ਅੱਜ ਯਾਰ ਚਲੋ ਮਨ ਪਰਚਾਵਾ ਇਹਦੇ ਨਾਲ ਹੀ ਸੀ ਵੀ ਇਹਨਾਂ ਨੇ ਤਾਂ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਪੋਲੀਟੀਕਲ ਬੰਦੇ ਨੂੰ ਅੱਜ ਆ ਗਈ ਇੱਕ ਦਿਨ ਉਹਦੇ ਨਾਲ ਲੰਘ ਜਾਣਾ ਦੂਜੇ ਦਿਨ ਹੋਰ ਆ ਗਈ ਇਹ ਤਾਂ ਇੱਕ ਸਿਰਫ ਇਹ ਆ ਵੀ ਪਿਕਚਰ ਦਾ ਸ਼ੋਅ ਆ ਇੱਕ ਉਹ ਚੱਲਦਾ ਹੈ ਤੇ ਉਹ ਕੈਰੀ ਔਨ ਉਹ ਚੱਲ ਕੇ ਅੱਗੇ ਚਲੇ ਜਾਂਦਾ ਏਦੂ ਵੱਧ ਇਹਨਾਂ ਦੀ ਕੋਈ ਵੀ ਯਾਰ ਲੋਕਾਂ ਨੂੰ ਟੈਲੀਫੋਨ ਦੇ ਮਤਲਬ ਜੇ ਮੈਂ ਕੋਈ ਗੱਲ ਵੀ ਕਰਦਾ ਉਹਨਾਂ ਨੇ ਕੀ ਲੈਣਾ ਦੇਣਾ ਹੈ ਕੋਈ ਮਤਲਬ ਉਹਨਾਂ ਨੂੰ ਉਹਨਾਂ ਦੱਸੋ ਵੀ ਅਸੀਂ ਡਿਵੈਲਪਮੈਂਟ ਕੀ ਕਰਨੀ ਹੈ ਲੋਕਾਂ ਨੂੰ ਅਸੀਂ ਦੇ ਕੀ ਸਕਦੇ ਹਾਂ ਅੱਗੇ ਸਰਕਾਰ ਮੋਦੀ ਜੀ ਦੀ ਬਣਨੀ ਆ ਅਸੀਂ ਇੰਡਸਟਰੀਅਲ ਟੈਕਸਟਾਈਲ ਪਾਰਕ ਲਿਆਉਣਾ ਅਸੀਂ ਏਮਸ ਲਿਆਉਣਾ ਅਸੀਂ ਉਰੇ ਇਲੈਕਟ੍ਰਿਕ ਬੱਸਾਂ ਲਿਆਉਣੀਆਂ ਅਸੀਂ ਉਰੇ ਮੈਟਰੋ ਲਿਆਉਣੀ ਆ ਸੋਚ ਤਾਂ ਇਹ ਹੋਣੀ ਚਾਹੀਦੀ ਆ ਇਹਦੇ ਨਾਲ ਕੀ ਹੋ ਵੀਡੀਓ ਲੀਕ ਕਰਕੇ ਕਿਸੇ ਦੀ ਜਾਂ ਨਾ ਕਰਕੇ ਇਹ ਲੋਕਾਂ ਨਾਲ ਕੀ ਸੰਬੰਧ ਆ